ਇਹ ਅਨਸੇਫ ਬਿਲਡਿੰਗ ਹੈ। 25-25 ਲੱਖ ਰੁਪਈਆ ਲੋਕਾਂ ਦਾ ਲਟਾ ਕੇ ਇਹ ਡਰਾਮਾ ਰਚਿਆ ਜਾ ਰਿਹਾ ਹੈ। 10 ਕਰੋੜ ਆਪਾਂ ਲੀਪਾ ਪੋਚੀ ਤੇ ਖਰਚ ਕਰਤਾ ਤੇ 30 ਕਰੋੜ ਉਹਨੂੰ ਕਹਿਤਾ ਤੂੰ ਇਸ਼ਤਿਹਾਰ ਤੇ ਦੇ ਦੇ। ਜੇ ਮੁੱਖ ਮੰਤਰੀ ਦੇ ਆਖੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਤੁਸੀਂ ਕਰਾਈ ਤੇ ਤੁਹਾਡੇ ਖਿਲਾਫ਼ ਅਸੀਂ ਗਵਰਨਰ ਨੂੰ ਵੀ ਮਿਲਾਂਗੇ, ਤੁਹਾਡੇ ਖਿਲਾਫ਼ ਅਸੀਂ ਇਨਕੁਆਇਰੀ ਦੀ ਮੰਗ ਵੀ ਕਰਾਂਗੇ। ਇਹ ਪ੍ਰਾਇਮਰੀ ਹੈਲਥ ਸੈਂਟਰ ਹੈ ਮਜੀਠੇ ਹਲਕੇ 'ਚ ਪਿੰਡ 3A ਵਾਲ ਦਾ, ਔਰ ਮੈਂ ਤਾਂ ਇਹਦੇ ਅੱਗੇ ਖਲੋਤਾ ਕਿ ਆਹ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਇਹ 1966 'ਚ ਬਣਿਆ ਸੀ। ਹੁਣ ਆਮ ਆਦਮੀ ਪਾਰਟੀ ਦੇ ਹਾਲਾਤ ਵੇਖ ਲਓ ਕਿ ਭਗਵੰਤ ਮਾਨ ਦੀ ਸਰਕਾਰ ਨਿਰੀ 420 ਧੋਖਾਧੜੀ ਫਰੋਡ, ਮਤਲਬ ਕਿ ਜਿਹੜੀ ਹੱਥ ਦੀ ਸਫਾਈ ਹੈ ਨਾ ਉਸ ਕੰਮ ਤੇ ਲੱਗੀ। ਲੋਕਾਂ ਨੂੰ ਕਿੰਨਾ ਝੂਠ ਬੋਲੋਗੇ ਤੁਸੀਂ, ਕਿੰਨਾ ਮੂਰਖ ਬਣਾ ਦਿਓਗੇ। ਔਰ ਮੈਂ ਅੱਜ ਦੇ ਮੌਕੇ ਤੇ ਅਜੋਏ ਸ਼ਰਮਾ ਵਰਗੇ ਅਫਸਰਾਂ ਦਾ ਸਤਿਕਾਰ ਕਰਦਾ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਨਾ ਕਰਤੀ। ਕੋਈ ਅਫਸਰ ਛੇਤੀ ਕਿਤੇ ਮੁੱਖ ਮੰਤਰੀ ਨੂੰ ਨਾ ਨਹੀਂ ਕਰਦਾ, ਨਾ ਕਰਨ ਦਾ ਕਾਰਨ ਕੀ ਬਣਿਆ? 10 ਕਰੋੜ ਰੁਪਈਏ ਜਿਹੜੀ ਬਿਲਡਿੰਗ ਆ ਅਨਸੇਫ, 1966 ਦਾ ਮਤਲਬ ਕਿ ਇਹ ਬਿਲਡਿੰਗ ਲਗਭਗ 55-60 ਸਾਲ ਪੁਰਾਣੀ ਬਿਲਡਿੰਗ ਆ। ਇਹ ਬਿਲਡਿੰਗਾਂ ਅਨਸੇਫ ਡਿਕਲੇਅਰ ਹੋਈਆਂ ਹੋਈਆਂ ਨੇ। ਅੱਜ ਇਹਨਾਂ ਤੇ ਆ ਫਾਲ ਸੀਲਿੰਗ ਲਾ ਕੇ, ਅੱਜ ਇਹਨਾਂ ਤੇ ਥੋੜੀ ਮੁਰੰਮਤ ਕਰਕੇ, ਇਹਨਾਂ ਦੇ ਦਰਵਾਜ਼ੇ ਡਿੱਗਦੇ ਜਾ ਰਹੇ, ਇਹਨਾਂ ਨੂੰ ਪੇਂਟ ਕਰਕੇ। ਮੈਂ ਇੱਕ ਇੱਕ ਚੀਜ਼ ਵਿਖਾਊਂਗਾ। 25-25 ਲੱਖ ਰੁਪਈਆ ਲੋਕਾਂ ਦਾ ਲਟਾ ਕੇ ਇਹ ਡਰਾਮਾ ਰਚਿਆ ਜਾ ਰਿਹਾ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਧੋਖੇ 'ਚ ਰੱਖਣ ਲਈ। ਆ ਏਡੀ ਏਡੀ ਇੱਥੇ ਫੈਸਿਲਿਟੀ ਪਹਿਲਾਂ ਦੀ ਬਣੀ ਆ, ਉੱਥੇ ਤਾਂ ਹਸਪਤਾਲ 'ਚ ਨਾ ਦਵਾਈਆਂ ਪੂਰੀਆਂ, ਨਾ ਡਾਕਟਰ ਪੂਰੇ, ਨਾ ਸਹੂਲਤ ਪੂਰੀ। ਔਰ ਜੇ ਬਿਲਡਿੰਗ ਨਵੀਂ ਬਣਾਉਂਦੇ, ਨਵੀਂ ਕੋਈ ਚੀਜ਼ ਬਣਾਉਂਦੇ ਐਜ਼ ਓਪੋਜੀਸ਼ਨ ਮੈਂਬਰ, ਮੈਂ ਉਹਦਾ ਸਵਾਗਤ ਕਰਦਾ। ਮਗਰ ਖੋਖਲਾਪਨ ਤਾਂ ਇੱਕ ਅਫਸਰ ਨਹੀਂ ਜ਼ਾਹਿਰ ਕਰਦਾ, ਜੋਏ ਸ਼ਰਮਾ ਜੀ ਨੂੰ। ਮੈਂ ਸਮਝਦਾ ਸਾਰੇ ਪੰਜਾਬ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਹਨੇ ਮੁੱਖ ਮੰਤਰੀ ਨੂੰ ਇਹ ਗੱਲ ਦੀ ਨਾ ਕੀਤੀ ਕਿ 10 ਕਰੋੜ ਆਪਾਂ ਲੀਪਾ ਪੋਚੀ ਤੇ ਖਰਚ ਕਰਤਾ ਤੇ 30 ਕਰੋੜ ਉਹਨੂੰ ਕਹਿਤਾ ਤੂੰ ਇਸ਼ਤਿਹਾਰ ਤੇ ਦੇ ਦੇ। ਇਸ਼ਤਿਹਾਰ ਕਿੱਥੇ? ਕਹਿੰਦਾ ਦੇਸ਼ ਦੇ ਸਾਰੇ ਹਿੱਸੇ ਤਮਿਲਨਾਡੂ ਤੱਕ ਦੇ ਦਿਓ ਇਸ਼ਤਿਹਾਰ। ਦੱਸੋ ਤਮਿਲਨਾਡੂ ਵਾਲੇ ਨੇ ਇੱਥੇ ਆ ਕੇ ਫ੍ਰੀ ਆ ਇਲਾਜ ਕਰਾਉਣਾ ਆਪਦਾ? ਕੀ ਲੋਕਾਂ ਨੂੰ ਮੂਰਖ ਬਣਾਉਣ ਤੇ ਲੱਗਿਆ? ਔਰ ਜਦ ਉਹਨੇ ਨਾ ਕਰਤੀ ਕਿ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਪੰਜਾਬ ਦੇ ਖਜ਼ਾਨੇ ਦੇ ਲੋਕਾਂ ਦੇ ਪੈਸੇ ਨੂੰ ਇਸ ਤਰੀਕੇ ਦੀ ਲੁੱਟ ਕਰਾਂ, ਉਹਨੂੰ ਬਦਲਤਾ, ਵੀਕੇ ਮੀਨਾ ਨੂੰ ਲਾਤਾ। ਮੈਂ ਮੀਨਾ ਸਾਹਿਬ ਨੂੰ ਬੇਨਤੀ ਕਰਦਾ, ਜੇ ਮੁੱਖ ਮੰਤਰੀ ਦੇ ਆਖੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਤੁਸੀਂ ਕਰਾਈ ਤੇ ਤੁਹਾਡੇ ਖਿਲਾਫ਼ ਅਸੀਂ ਗਵਰਨਰ ਨੂੰ ਵੀ ਮਿਲਾਂਗੇ, ਤੁਹਾਡੇ ਖਿਲਾਫ਼ ਅਸੀਂ ਇਨਕੁਆਇਰੀ ਦੀ ਮੰਗ ਵੀ ਕਰਾਂਗੇ, ਔਰ ਇਹ ਆਸ ਕਰਾਂਗੇ ਕਿ ਤੁਸੀਂ ਇਹੋ ਜਿਹੇ ਗਲਤ ਕੰਮ ਦੇ ਭਾਈਵਾਲ ਨਹੀਂ ਹੋਵੋਗੇ। ਔਰ ਅੱਜ ਮੈਂ ਜਿਹੜੀ ਬਿਲਡਿੰਗ 'ਚ ਲੈ ਕੇ ਆਇਆ, ਇਹ ਅਨਸੇਫ ਬਿਲਡਿੰਗ ਹੈ। ਜਿਹੜਾ ਅਫਸਰ ਇੱਥੇ ਆ ਕੇ ਇਨੋਗਰੇਸ਼ਨ ਕਰਦਾ ਅਨਸੇਫ ਬਿਲਡਿੰਗ 'ਚ, ਕੱਲ੍ਹ ਕੋਈ ਹਾਦਸਾ ਵਾਪਰਦਾ ਉਹ ਸਾਰੇ ਅਫਸਰ ਅਤੇ ਪ੍ਰਸ਼ਾਸਨ ਦੇ ਲੋਕ ਜ਼ਿੰਮੇਵਾਰ ਹੋਣਗੇ। ਹੁਣ ਮੈਂ ਚਾਹੂੰਗਾ ਮੇਰੇ ਨਾਲ ਆ ਕੇ ਇਸ ਬਿਲਡਿੰਗ ਦੇ ਹਾਲਾਤ ਕੀ ਆ, ਜਿਹੜੀ ਬਣੀ ਆ ਉਹਦੇ ਹਾਲਾਤ ਵੇਖੋ। ਆ ਦਰਵਾਜ਼ੇ ਵਿਖਾ ਭਾਈ, ਉਹ ਜਿਹੜਾ ਆਪਣੀ ਕਲੀਨਿਕ ਉਹਦੇ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਸੀ ਜੀ ਫ੍ਰੀ। ਆ ਇੱਕ ਮਿੰਟ, ਠੀਕ ਆ। ਆ ਇਹਦੇ
25-25 ਲੱਖ ਦਰਵਾਜ਼ੇ ਦੇਖੋ ਜੀ ਆ ਕਿਵੇਂ ਪੁਰਾਣਾ ਦਰਵਾਜ਼ਾ ਹੈ ਤੇ ਐਨ ਉੱਤੇ ਲੀਪਾ ਪੋਚੀ ਕਰਕੇ ਕਿੰਨਾ ਚਿਰ ਕੱਟੂ ਅਭੀ ਢੱਠਾ ਹੁੰਦਾ ਸੀ ਬਿਲਕੁਲ ਆ ਟਾਈਲਾਂ ਲਾਤੀਆਂ ਜੀ ਉਹਨਾਂ ਨੇ ਆ ਦਰਵਾਜ਼ੇ ਦੇ ਹਾਲ ਵੇਖੋ ਉੱਤੇ ਇਹਦੀ ਛੱਤ ਵਿਖਾਉਣ ਵਾਲੀ ਆ ਸਾਰੇ ਖਿੜਕੀਆਂ ਆ ਇੱਧਰ ਵੇਖੋ ਆ ਇਹਦੀ ਫਾਲ ਸੀਲਿੰਗ ਲਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ 25 ਲੱਖ ਜਿਹੜਾ ਕੰਮ 4 ਲੱਖ ਦਾ ਨੀ ਉਹ 25 ਲੱਖ ਚ ਬਾਕੀ ਪੈਸੇ ਕੌਣ ਖਾਣ ਲੱਗਿਆ ਇਹ ਚੀਜ਼ਾਂ ਦੀ ਇਨਕੁਆਇਰੀ ਹੋਵੇ ਲੋਕਾਂ ਨੂੰ ਇਸ ਤਰੀਕੇ ਦਾ ਝੂਠ ਬੋਲ ਕੇ ਮੂਰਖ ਬਣਾ ਕੇ ਹਾਂ ਨਵੀਂ ਬਿਲਡਿੰਗ ਬਣਾਓ ਨਵੀਂ ਸਹੂਲਤਾਂ ਦਿਓ ਤੇ ਚੰਗੀ ਸਹੂਲਤ ਦਾ ਆਪੋਜੀਸ਼ਨ ਕੀ ਲੋਕ ਅਸੀਂ ਸਾਰੇ ਸਵਾਗਤ ਕਰਾਂਗੇ ਮਗਰ ਲੋਕਾਂ ਦੇ ਪੈਸੇ ਦੀ ਇਸ ਤਰੀਕੇ ਦੀ ਲੁੱਟ ਕੋਈ ਬਰਦਾਸ਼ਤ ਨਹੀਂ ਕਰੂਗਾ ਉਧਰ ਵੀ ਵੀਡੀਓ ਵਿਖਾ ਦੇ ਇਸ਼ਤਿਹਾਰ ਚ 10 ਕਰੋੜ ਦਾ ਇਹ ਚ 25 ਲੱਖ ਖਰਚ ਹੋਇਆ 25 ਲੱਖ ਚ ਕੀ ਕੁਛ ਨੀ ਬਣ ਜਾਂਦਾ ਇਹ ਸਿਰਫ ਫਾਲ ਸੀਲਿੰਗ ਥੱਲੇ ਇਲੈਕਟ੍ਰੀਕਲ ਤੇ ਫਲੋਰਿੰਗ ਤੇ ਆ 2-3 ਚੀਜ਼ਾਂ ਲਈ 25 ਲੱਖ ਡਾਤਾ ਕੀ ਕਿਵੇਂ ਜਾਇਜ਼ ਕਰੋਗੇ ਅਨਸੇਫ ਬਿਲਡਿੰਗਾਂ ਇਸ ਲਈ ਇਹ ਇਨਕੁਆਇਰੀ ਡਿਮਾਂਡ ਕਰਦੀ ਹੈ ਔਰ ਜਿਹੜਾ ਵੀ ਅਫਸਰ ਅਨਸੇਫ ਬਿਲਡਿੰਗ ਤੇ ਆ ਕੇ ਇਹ ਜੀ ਇਨੋਗਰੇਸ਼ਨ ਕਰ ਰਿਹਾ ਕੱਲ੍ਹ ਕੋਈ ਹਾਦਸਾ ਵਾਪਰਦਾ ਉਹਦੇ ਲਈ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਪਿੰਡ ਵਾਲਿਆਂ ਨੇ ਕੋਈ ਗੱਲ ਦੱਸਣੀ ਉਹ ਦੱਸ ਦਿਓ ਜੀ ਬਿਲਕੁਲ ਦੱਸ ਦਿੰਦੇ ਜੀ ਇਹ ਪਿੰਡ ਨੇ 16 ਕਿੱਲੇ ਪੈਲੀ ਦੇ ਕੇ ਤੇ 8 ਕਿੱਲੇ ਜ਼ਮੀਨ ਦੇ ਵਿੱਚ ਹਸਪਤਾਲ ਬਣਾਇਆ ਸੀ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਪੂਰੇ ਬਲਾਕ ਦੇ ਵਿੱਚ 1 ਚੱਲਦਾ ਪਿਆ ਇੱਥੇ SMO ਦਾ ਦਫ਼ਤਰ ਸੀ ਆਲਰੇਡੀ ਇੱਥੇ ਪਹਿਲਾਂ ਡਾਕਟਰ ਨਹੀਂ ਬਾਦਲ ਸਾਹਿਬ ਨੇ ਇੱਥੇ ਆਪਣੇ ਖੋਲਿਆ ਸੀ ਲੈਬੋਰਟਰੀ ਜਿਹਦਾ ਬਕਾਇਦਾ ਫੋਨ ਦੇ ਉੱਤੇ ਰਿਜ਼ਲਟ ਜਿਹੜਾ ਸੀ ਆਉਂਦਾ ਸੀ ਬਿਲਕੁਲ ਫ੍ਰੀ ਟੈਸਟ ਹੁੰਦੇ ਹੁੰਦੇ ਸੀ ਬਿਲਕੁਲ ਫ੍ਰੀ ਦਵਾਈਆਂ ਮਿਲਦੀਆਂ ਹੁੰਦੀਆਂ ਹੁਣ ਤੇ ਨਾ ਫ੍ਰੀ ਟੈਸਟ ਹੁੰਦੇ ਆ ਨਾ ਦਵਾਈਆਂ ਮਿਲਦੀਆਂ ਵੀ ਨਾ ਤੇ ਮਹੱਲਾ ਕਲੀਨਿਕ ਆ ਸਾਨੂੰ ਵੀ ਪਤਾ ਵੀ ਨੱਕ ਨੂੰ ਲਾਈ ਤੇ ਗੱਲ ਨਾ ਲਾਉਣ ਵਾਲੀ ਗੱਲ ਕੀਤੀ ਆ ਇਹ ਬਿਲਡਿੰਗ ਤਾਂ ਬਿਲਕੁਲ ਅਨਸੇਫ ਹੈ ਪਿੰਡ ਨੂੰ ਵੀ ਪਤਾ ਹੈ ਬਸ ਇਹ ਕਹੀ ਜਾਂਦੇ ਕਿ ਪਿੰਡ ਵਾਲੇ ਪੈਲੀ ਦੇ ਦੇਣ ਤੇ ਪੈਲੀ ਅਸੀਂ ਵੇਚ ਦਈਏ ਸਰਕਾਰ ਦਾ ਇਹ ਹਾਲ ਬਣਿਆ ਪਿਆ ਹੈ ਇੰਨਾ ਮੰਦਾ ਹਾਲ ਹੈ ਸਰਕਾਰ ਦਾ